ਕਰਨੀ ਦੀ ਪੋਲਸੀ ਲੈ ਕੇ ਆਈ ਹੈ ਘੋਟ ਭਾਈ ਰਾਜ ਪੋਲਸੀ ਘੋਟ ਭਾਈ ਦੀ 18-19 ਦੀ ਉਹ ਪੋਲਸੀ ਨੂੰ ਪੰਜਾਬ ਦੀਆਂ ਸਾਰੀਆਂ ਟਰੱਕੀਆਂ ਨੂੰ ਮੁੱਢੋਂ ਰੱਦ ਕਰ ਦਿੱਤਾ ਤਾਂ ਕਿ ਜਿਹੜੀ 17-18 ਦੀ ਪੋਲਸੀ ਸੀ ਸਰਕਾਰ ਉਹਨੂੰ ਲਾਗੂ ਕਰੇ ਕਿਉਂਕਿ ਜਿਹੜੇ ਸਰਕਾਰ ਨੇ ਉਹਦੇ 'ਤੇ ਰੇਟ ਦਾ ਵਾਧੇ ਦੇ ਉੱਤੇ ਲਾ ਤਾ ਕਿ 120% ਦੇ ਉੱਤੇ ਜਿਹੜਾ ਰੇਟ ਉਹ ਵੱਧ ਨਹੀਂ ਸਕਦਾ ਅਤੇ ਜਿੱਥੇ ਪਿਛਲੇ ਸਮ ਬੇਸਿਕ ਰੇਟ ਵੀ ਜਿਹੜਾ ਦੋ ਆਪਣਾ 27% ਘਟਾ ਦਿੱਤਾ ਗਿਆ ਆ ਅਤੇ ਉਹਦੇ ਨਾਲ ਟਰੱਕ ਆਪਰੇਟਰਾਂ ਦੇ ਜਿਹੜੇ ਆ ਇਹਦੇ 'ਚੋਂ ਖਰਚੇ ਜਿਹੜੇ ਆ ਉਹ ਵੀ ਪੂਰੇ ਨਹੀਂ ਹੋਣੇ ਕਿਉਂਕਿ ਜੇ 8 ਕਿਲੋਮੀਟਰ ਦੀ ਅਸੀਂ ਗੱਲ ਕਰੀਏ ਅਤੇ 853 ਰੁਪਈਏ ਬੇਸਿਕ ਰੇਟ ਆ ਜੇ 9 ਟਨ ਦੇ 1881 ਰੁਪਈਏ ਬਣਨੇ ਆ ਅਤੇ ਜਦੋਂ ਅਸੀਂ ਆਪਣੇ ਸਾਰੇ ਖਰਚੇ ਜੋੜਦੇ ਹਾਂ ਪਰਮਿਟ ਦੇ ਇੰਸ਼ੋਰੈਂਸ ਦੇ ਡਰਾਈਵਰ ਦਾ ਖਰਚਾ ਲੇਬਰ ਦਾ ਖਰਚਾ ਡੀਜ਼ਲ ਦਾ ਅਤੇ 2800 ਰੁਪਈਆ ਬਣਦਾ ਕੀ ਇਹ ਟਰੱਕ ਆਪਰੇਟਰ 1000 ਰੁਪਈਆ ਆਪਣੇ ਘਰੋਂ ਲਿਆ ਕੇ ਸਰਕਾਰ ਦੀ ਕਣਕ ਹੋਣਗੇ ਸੋ ਸਰਕਾਰ ਦੀ ਇਹ ਮਾਲੂ ਜਿਹੜੀ ਨੀਤੀ ਪੋਲਸੀ ਲੈ ਕੇ ਆਈ ਹੈ ਉਹਨੂੰ ਮੁੱਢੋਂ ਰੱਦ ਕਰ ਦਿਓ ਸਾਰੇ ਪੰਜਾਬ ਦੇ ਵਿੱਚ ਟਰੱਕ ਯੂਨੀਅਨ ਬਾਈਕਾਟ ਕੀਤਾ ਜਿਹਦੇ ਤਹਿਤ ਅੱਜ ਧਰਮਕੋਟ ਟਰੱਕ ਯੂਨੀਅਨ ਦੇ ਵਿੱਚ ਸਾਰੇ ਹੀ ਜ਼ਿਲ੍ਹੇ ਦੀਆਂ ਟਰੱਕ ਯੂਨੀਅਨ ਇਕੱਠੀਆਂ ਹੋਈਆਂ ਔਰ ਇਹਨਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਆਪਣੇ ਜ਼ਿਲ੍ਹੇ ਦੇ ਵਿੱਚ ਟੈਂਡਰ ਨਹੀਂ ਪਾਵਾਂਗੇ ਜਿੱਥੇ ਔਰ ਪੰਜਾਬ ਟਰੱਕ ਆਪਰੇਟਰ ਯੂਨੀਅਨ ਪੂਰੇ ਪੰਜਾਬ ਦਾ ਬਾਈਕਾਟ ਕੀਤਾ ਉਸ ਬਾਈਕਾਟ ਦੇ ਵਿੱਚ ਅਸੀਂ ਵੱਧ ਚੜ੍ਹ ਕੇ ਸਨ ਅੱਜ ਅਸੀਂ ਜਿਹੜਾ ਨਵੀਂ ਪੋਲਿਸੀ ਬਣਾਈ ਹੈ ਪੰਜਾਬ ਸਰਕਾਰ ਨੇ ਉਹਦੇ ਸੰਬੰਧ ਵਿੱਚ ਬਾਈਕਾਟ ਕੀਤਾ ਜਿਹੜਾ ਬਾਈਕਾਟ ਕੀਤਾ ਸਾਡੇ ਟੈਂਡਰ ਜਿਹੜੇ ਆ ਪਹਿਲੇ ਨਾਲੋਂ ਵੀ ਬਹੁਤ ਘੱਟ ਗਏ ਇਹਨਾਂ ਨੇ ਰੇਟ ਦਿੱਤਾ ਸਰਕਾਰੀ ਜਿਹੜਾ ਸਾਨੂੰ ਮਨਜ਼ੂਰ ਨਹੀਂ ਗਿਆ ਇਸ ਵਿੱਚ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਸਾਰੇ ਟਰੱਕ ਮੀਟਰਾਂ ਨੇ ਹੜਤਾਲ ਕੀਤੀ ਵੀ ਟੈਂਡਰ ਨਹੀਂ ਪਾਉਣੇ ਪਰ ਅਸੀਂ ਉਹਦਾ ਬਾਈਕਾਟ ਕੀਤਾ ਕੱਲ੍ਹ ਅਸੀਂ ਚੋਣ ਕਰਕੇ ਆਪਦੀ ਕਮੇਟੀ ਦੀ ਅਤੇ ਨਵੀਂ ਪ੍ਰਧਾਨ ਚੁਣਿਆ ਗਿਆ ਅੱਗੇ ਤੋਂ ਜੋ ਵੀ ਅਸੀਂ ਕਰਾਂਗੇ ਰਲ ਮਿਲ ਕੇ ਸਾਰੀਆਂ ਜਿਹੜੀਆਂ ਇਕੱਠੀਆਂ ਹੋ ਕੇ ਅਸੀਂ ਇਹਦਾ ਸੰਘਰਸ਼ ਕਰਾਂਗੇ ਜੇਕਰ ਸਾਡੀ ਇਹ ਪੋਲਸੀ ਮਗਰ ਲਈ ਉਹਨਾਂ ਨੇ ਨਾਲ ਲਾਗੂ ਕੀਤੀ ਕਿਉਂਕਿ ਪਹਿਲੀ ਪੋਲਸੀ ਆ ਜਿਹੜੀ ਉਹ ਹਜੇ ਕਿਸੇ ਹੱਦ ਤੱਕ ਸਾਡੇ ਟਰੱਕ ਆਪਰੇਟਰਾਂ ਦੇ ਹੱਕ ਸੀਗੀ ਪੂਰੀ ਨਹੀਂ ਪਰ ਅੱਜ ਜਿਹੜੀ ਇਹਨਾਂ ਨੇ 200% ਘਟਾ ਕੇ ਦਿੱਤੀ ਆ ਇਹਦੇ ਵਿੱਚ ਸਾਡੇ ਟਰੱਕ ਆਪਰੇਟਰ ਕੋਈ ਵੀ ਕੰਮ ਨਹੀਂ ਕਰਨਗੇ ਮੋਗਾ ਸੇ ਜਾਗਰਤੀ ਲਹਿਰ ਕੇ ਲੀਏ ਨਵੀਨ ਸਿੰਗਲਾ ਕੇ ਸਾਥ ਲਕਸ਼ਮਣਜੀਤ ਸਿੰਘ ਪੁਰਬਾ ਕੀ ਰਿਪੋਰਟ।